ਭਾਰਤੀ ਕਿਸਾਨ ਯੂਨੀਅਨ ਦੇ ਵਿੱਚੋਂ ਇੱਕ ਪੋਲੀਟੀਕਲ ਪਾਰਟੀ ਜੇ ਤੁਸੀਂ ਤਿਆਰ ਕਰ ਲਈ ਨਾ, ਸਮਝ ਲੈਣਾ ਇਹ ਮੁਲਕ ਆਜ਼ਾਦ ਹੋ ਗਿਆ। ਇਸ ਮੁਲਕ ਨੂੰ ਆਜ਼ਾਦੀ ਮਿਲ ਗਈ। ਉਹ ਕਿਵੇਂ ਮਿਲ ਗਈ? ਕਿਉਂਕਿ ਵੀਰੇ ਇਸ ਮੁਲਕ ਨੂੰ ਚਲਾਉਣ ਵਾਲਾ ਕੌਣ? ਇਸ ਮੁਲਕ ਨੂੰ ਚਲਾਉਣ ਵਾਲਾ ਕੌਣ? ਕਿਸਾਨ। ਕਿਸਾਨਾਂ ਨੇ ਵਿਰੋਧ ਕੀਤਾ, ਦੀਪ ਸਿੱਧੂ ਹੋਰੀ ਆ ਗਏ, ਲੱਖਾ ਆ ਗਿਆ। ਆਏ ਤਾਂ ਸਰਕਾਰਾਂ ਦੇ ਵਿਰੋਧ ਸੀ ਇਹ, ਤਾਂ ਹੁਣ ਜਿਹੜੀ ਇਹ ਕੰਟਰੋਵਰਸੀ ਹੈ ਵੀ ਉਹਨੂੰ ਟਾਈਮ ਦਿੱਤਾ ਨਹੀਂ ਦਿੱਤਾ, ਕਿਸਾਨਾਂ ਨੂੰ ਕਹਿੰਦੇ ਆ ਕਾਮਰੇਡ ਸੋਚਿਆ, ਇਹ ਮੈਟਰ ਨਹੀਂ ਕਰਦੀ। ਮੈਟਰ ਸਿੰਘ ਜੀ ਇਹ ਕਰਦੀ ਹੈ ਵੀ ਜਿਹੜਾ ਹੁਣ ਇਹ ਮਾਹੌਲ ਬਣ ਗਿਆ, ਜਿਹੜਾ ਇਹ ਮਾਹੌਲ ਬਣ ਗਿਆ ਨਾ ਕਿਸਾਨੀ ਸੰਘਰਸ਼, ਇਹ ਵਰਲਡ ਲੈਵਲ ਦਾ ਬਣ ਗਿਆ। ਟਵਿੱਟਰ ਦੇਖੋ, ਟਵਿੱਟਰ ਤੇ ਜਲੂਸ ਕੱਢਿਆ ਹੋਇਆ। ਇਹ ਤਾਂ ਅਸੀਂ ਬੰਦੇ ਦੇਸੀ ਹਾਂ, ਅਸੀਂ ਚਲਾਉਂਦੇ ਨਹੀਂ, ਚਲਾਉਣ ਨੂੰ ਕੋਈ ਵੱਡੀ ਗੱਲ ਨਹੀਂ। ਜੇ ਅਸੀਂ ਘੋੜੇ ਚਲਾ ਸਕਦੇ ਹਾਂ, ਜੇ ਅਸੀਂ ਸ਼ਸਤਰ ਵਿੱਦਿਆ ਲੈ ਸਕਦੇ ਹਾਂ, ਫਿਰ ਅਸੀਂ ਟਵਿੱਟਰ ਵੀ ਚਲਾ ਸਕਦੇ, ਤਾਂ ਚਲਾਓ ਸਾਰੇ। ਤੁਸੀਂ ਇੱਕ ਚੀਜ਼ ਨੂੰ ਗੌਰ ਕਰਿਓ ਸੰਗਤ ਜੀ, ਇਹ ਪੂਰਾ ਦਾ ਪੂਰਾ ਰਾਈਟ ਟਾਈਮ ਹੈ ਕਿਸਾਨ ਜਥੇਬੰਦੀਆਂ ਇੱਕ ਨਵੀਂ ਪਾਰਟੀ ਤਿਆਰ ਕਰ ਲੈਣ, ਪੋਲੀਟੀਕਲ ਪਾਰਟੀ। ਕਿਉਂਕਿ ਅਸੀਂ ਦੁਖੀ ਕਿਸ ਤੋਂ? ਸਰਕਾਰਾਂ ਤੋਂ। ਸਰਕਾਰਾਂ ਨੇ ਸਾਨੂੰ ਦੁਖੀ ਕਰ ਰੱਖਿਆ ਨਾ ਯਾਰ। ਜਿੱਦਾਂ ਤੁਸੀਂ ਅਨਾਊਂਸਮੈਂਟ ਵੀ ਕਰਤੀ ਨਾ ਵੀ ਅਸੀਂ ਇੱਕ ਪਾਰਟੀ ਬਣਾਵਾਂਗੇ, ਇਹਦੀ ਇਹਨੂੰ ਨੀਂਦ ਨਹੀਂ ਆਉਣੀ। ਇਹਨੂੰ ਤਾਂ ਛੱਡੋ, ਇਹਦੀ ਓਪੋਜੀਸ਼ਨ ਨੂੰ ਵੀ ਨੀਂਦ ਨਹੀਂ ਆਉਣੀ। ਓਪੋਜੀਸ਼ਨ ਨੂੰ ਵੀ ਛੱਡੋ, ਜਿਹੜੀਆਂ ਹੋਰ ਨੀਚੇ ਛੋਟੀਆਂ ਛੋਟੀਆਂ ਪਾਰਟੀਆਂ ਫਿਰਦੀਆਂ, ਝਾੜੂ ਮਹਿਕਮਾ ਅਤੇ ਹੋਰ ਮਹਿਕਮਾ, ਇਹ ਪਾਗਲ ਹੋ ਜਾਣਗੇ ਬਾਬਾ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਜਿਹੜੇ ਇਹ ਦੀਪ ਸਿੱਧੂ, ਲੱਖਾ ਸੁਧਾਣੇ ਵਾਲਾ, ਕਿਸਾਨ ਜਥੇਬੰਦੀਆਂ ਦੀ ਜਿਹੜੀ ਕੰਟਰੋਵਰਸੀ ਚੱਲ ਗਈ ਨਾ, ਉਹਨੂੰ ਚਾੜਿਆ ਨੇ ਦੀਪ ਸਿੱਧੂ ਨੂੰ ਜਾਂ ਲੱਖੇ ਨੂੰ ਟਾਈਮ ਨਹੀਂ ਦਿੱਤਾ। ਪਹਿਲਾਂ ਇਸ ਚੀਜ਼ ਨੂੰ ਸਮਝੋ, ਮੇਰੀ ਬੇਨਤੀ ਸੁਣਿਓ ਸੰਗਤ ਜੀ, ਵੀ ਜਦੋਂ ਸਰਕਾਰ ਨੇ ਧੱਕਾ ਕੀਤਾ ਸੀ ਅਸਲ 'ਚ ਕਿਸਾਨਾਂ ਦੇ ਉੱਪਰ, ਬਿੱਲ ਥੋਪਿਆ, ਪਹਿਲਾਂ ਨੋਟਬੰਦੀ ਥੋਪਤੀ, ਫਿਰ ਇਹਨੇ ਇੱਕ ਹੋਰ NCR ਜਾਂ ਬਿੱਲ ਲਿਆਇਆ ਸੀ ਮੁਸਲਮਾਨਾਂ ਦੇ ਵਿਰੋਧ 'ਚ, ਇਹ ਥੋਪਦਾ। ਸਰਕਾਰ ਸਾਡੇ 'ਤੇ ਕੁਛ ਨਾ ਕੁਛ ਥੋਪਦੀ ਹੈ, ਜਦੋਂ ਸਰਕਾਰ ਸਾਡੇ 'ਤੇ ਕੁਛ ਨਾ ਕੁਛ ਥੋਪਦੀ ਹੈ, ਅਸੀਂ ਸਰਕਾਰ ਦਾ ਵਿਰੋਧ ਕਰਦੇ ਹਾਂ। ਕਿਸਾਨਾਂ ਨੇ ਵਿਰੋਧ ਕੀਤਾ, ਦੀਪ ਸਿੱਧੂ ਹੋਰੀ ਆ ਗਏ, ਲੱਖਾ ਆ ਗਿਆ। ਆਏ ਤਾਂ ਸਰਕਾਰਾਂ ਦੇ ਵਿਰੋਧ ਸੀ ਇਹ, ਤਾਂ ਹੁਣ ਜਿਹੜੀ ਇਹ ਕੰਟਰੋਵਰਸੀ ਹੈ ਵੀ ਉਹਨੂੰ ਟਾਈਮ ਦਿੱਤਾ ਨਹੀਂ ਦਿੱਤਾ, ਕਿਸਾਨਾਂ ਨੂੰ ਕਹਿੰਦੇ ਆ ਕਾਮਰੇਡ ਸੋਚਿਆ, ਇਹ ਮੈਟਰ ਨਹੀਂ ਕਰਦੀ। ਮੈਟਰ ਸਿੰਘ ਜੀ ਇਹ ਕਰਦੀ ਹੈ ਵੀ ਜਿਹੜਾ ਹੁਣ ਇਹ ਮਾਹੌਲ ਬਣ ਗਿਆ, ਜਿਹੜਾ ਇਹ ਮਾਹੌਲ ਬਣ ਗਿਆ ਨਾ ਕਿਸਾਨੀ ਸੰਘਰਸ਼, ਇਹ ਵਰਲਡ ਲੈਵਲ ਦਾ ਬਣ ਗਿਆ। ਤੁਹਾਨੂੰ ਵੀਰੋ ਇਸ ਚੀਜ਼ ਦਾ ਇਲਮ ਹੋਣਾ ਚਾਹੀਦਾ ਵੀ ਤੁਹਾਨੂੰ ਪੂਰੇ ਦਾ ਪੂਰਾ ਵਿਸ਼ਵ ਬਹਿ ਕੇ ਦੇਖ ਰਿਹਾ, ਮੋਦੀ ਦੀ ਨਿਖੇਧੀ ਪੂਰੇ ਵਿਸ਼ਵ 'ਚ ਹੋ ਰਹੀ ਹੈ। ਟਵਿੱਟਰ ਦੇਖੋ ਖੋਲ ਕੇ, ਟਵਿੱਟਰ ਦੇਖੋ, ਟਵਿੱਟਰ 'ਤੇ ਜਲੂਸ ਕੱਢਿਆ ਹੋਇਆ। ਇਹ ਤਾਂ ਅਸੀਂ ਬੰਦੇ ਦੇਸੀ ਹਾਂ, ਅਸੀਂ ਚਲਾਉਂਦੇ ਨਹੀਂ, ਚਲਾਉਣ ਨੂੰ ਕੋਈ ਵੱਡੀ ਗੱਲ ਨਹੀਂ। ਜੇ ਅਸੀਂ ਘੋੜੇ ਚਲਾ ਸਕਦੇ ਹਾਂ, ਜੇ ਅਸੀਂ ਸ਼ਸਤਰ ਵਿੱਦਿਆ ਲੈ ਸਕਦੇ ਹਾਂ, ਫਿਰ ਅਸੀਂ ਟਵਿੱਟਰ ਵੀ ਚਲਾ ਸਕਦੇ, ਤਾਂ ਚਲਾਓ ਸਾਰੇ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵਰਲਡ ਲੈਵਲ ਦੇ ਉੱਪਰ ਨਰਿੰਦਰ ਮੋਦੀ ਦਾ ਜਲੂਸ ਨਿਕਲ ਰਿਹਾ। ਤੁਹਾਨੂੰ ਪਤਾ ਫਿਰ ਲੋਕ ਜਦੋਂ ਹਾਰ ਪਾਉਂਦੇ ਨੇ ਕਿਹੋ ਜਿਹੇ ਹਾਰ ਪਾਉਂਦੇ ਨੇ, ਪਰ ਤੁਸੀਂ ਇੱਕ ਚੀਜ਼ ਨੂੰ ਗੌਰ ਕਰਿਓ ਸੰਗਤ ਜੀ, ਇਹ ਪੂਰੇ ਦਾ ਪੂਰਾ ਰਾਈਟ ਟਾਈਮ ਹੈ ਕਿਸਾਨ ਜਥੇਬੰਦੀਆਂ ਇੱਕ ਨਵੀਂ ਪਾਰਟੀ ਤਿਆਰ ਕਰ ਲੈਣ, ਪੋਲੀਟੀਕਲ ਪਾਰਟੀ। ਕਿਉਂਕਿ ਅਸੀਂ ਦੁਖੀ ਕਿਸ ਤੋਂ? ਸਰਕਾਰਾਂ ਤੋਂ। ਸਰਕਾਰਾਂ ਨੇ ਸਾਨੂੰ ਦੁਖੀ ਕਰ ਰੱਖਿਆ ਨਾ ਯਾਰ, ਜਿਹੜੀਆਂ ਸਰਕਾਰਾਂ ਸਾਨੂੰ ਦੁਖੀ ਕਰ ਰਹੀਆਂ, ਕਿਉਂ ਨਾ ਉਹ ਸਰਕਾਰਾਂ ਨੂੰ ਅਸੀਂ ਆਪਣੇ ਹੱਥ 'ਚ ਲੈ ਲਈਏ? ਅੱਛਾ, ਕਰਨ ਵਾਲਾ ਤੁਸੀਂ ਹੈ ਨਾ, ਇਸ 'ਚ ਅਸੀਂ ਨਹੀਂ ਕੁਛ ਕਰ ਸਕਦੇ, ਤੁਸੀਂ ਕਰਨਾ ਜਿਹੜੇ ਅੱਗੇ ਅੱਗੇ ਭੱਜੇ ਫਿਰਦੇ ਹੋ। ਕਿਸਾਨ ਜਥੇਬੰਦੀਆਂ ਇਹ ਜਿਹੜੇ ਹੁਣ ਜਦੋਂ ਸਰਕਾਰ ਬਣਾਓ ਨਾ, ਉਹ ਹਿੰਦੁਸਤਾਨ ਲੈਵਲ ਦੀ ਹੋਣੀ ਚਾਹੀਦੀ ਹੈ, ਜਿਹੜੀ ਸੈਂਟਰ ਦੀ ਗੌਰਮੈਂਟ ਨੂੰ ਬੀਟ ਕਰੇ। ਉਹਨਾਂ ਤੋਂ ਮੋਦੀ ਵੀ ਭੱਜੇ ਦੇ, ਉਹ ਤੋਂ ਕਾਂਗਰਸ ਵੀ, ਮਤਲਬ ਜਿਹੜੀਆਂ ਪੁਰਾਣੀਆਂ ਪਾਰਟੀਆਂ ਬੈਠੀਆਂ ਉਹਨਾਂ ਨੂੰ ਭਜਾ ਦਿਓ। ਕੇਰਾ ਦੁਖੀ ਅਸੀਂ ਅਸਲ ਦੇ ਵਿੱਚ ਸਰਕਾਰਾਂ ਤੋਂ ਹਾਂ, ਸਾਨੂੰ ਦੱਬ ਕੌਣ ਰਿਹਾ? ਸਰਕਾਰਾਂ। ਅਸੀਂ ਹਰਾਉਣਾ ਕਿਹਨੂੰ ਆ? ਸਰਕਾਰਾਂ ਨੂੰ ਹਰਾ ਕਿਵੇਂ ਸਕਦੇ ਹਾਂ? ਭਾਰਤੀ ਕਿਸਾਨ ਯੂਨੀਅਨ ਦੇ ਵਿੱਚੋਂ ਹੀ ਇੱਕ ਪਾਰਟੀ ਕਰ ਦਿਓ ਤਿਆਰ, ਠੀਕ ਹੈ ਜੀ। ਦੂਸਰੀ ਗੱਲ, ਜਿਹੜੀ ਤੁਹਾਡੇ ਉੱਪਰ ਬਲੇਮ ਹੁੰਦੇ ਨੇ, ਲੋਕੀ ਕਹਿੰਦੇ ਨੇ ਵੀ ਤੁਸੀਂ, ਲੋਕੀ ਕਹਿੰਦੇ ਨੇ ਕਮੈਂਟ ਪੜਿਆ ਕਰੋ ਕਿਸਾਨਾਂ ਨੂੰ, ਤੁਸੀਂ ਨੀਚੇ ਕਮੈਂਟ ਪੜਿਆ ਕਰੋ, ਲੋਕੀ ਕਹਿੰਦੇ ਆ ਵੀ ਕਾਮਰੇਡ ਨੇ ਇਹ ਨਵੇਂ ਮੁੰਡਿਆਂ ਨੂੰ ਮੌਕਾ ਨਹੀਂ ਦਿੰਦੇ, ਤਾਂ ਮੈਂ ਆਪ ਜੀ ਨੂੰ ਬੇਨਤੀ ਕਰਦਾ ਵੀ ਤੁਸੀਂ ਇੱਕ ਨਵੀਂ ਪਾਰਟੀ ਬਣਾਓ, ਭਾਰਤੀ ਕਿਸਾਨ ਯੂਨੀਅਨ ਦੇ ਵਿੱਚੋਂ ਇੱਕ ਪੋਲੀਟੀਕਲ ਪਾਰਟੀ ਕਿਸਾਨਾਂ ਦੀ ਤਿਆਰ ਕਰਕੇ, ਜਿਹੜੇ ਨਵੇਂ ਮੁੰਡੇ, ਜਿਹੜਾ ਪੰਜਾਬ 'ਚੋਂ ਆਇਆ ਦੀਪ, ਲੱਖਾ, ਹੋਰ ਜਿਹੜੇ ਹੈ ਨਾ ਇਹੋ ਜਿਹੇ ਆਏ ਨੇ, ਉਹਨਾਂ ਨੂੰ ਨਾਲ ਜੋੜੋ, ਹਰਿਆਣੇ ਵਾਲੇ ਹਰਿਆਣੇ ਦੇ ਨੂੰ ਜੋੜੋ, ਹੋਰ ਸਟੇਟਾਂ ਵਾਲੇ ਹੋਰਾਂ ਨੂੰ ਜੋੜੋ, ਐਵੇਂ ਇੱਕ ਸੰਘਰਸ਼ ਨੂੰ ਇੱਕ ਹੋਰ ਰੂਪ ਦਿਓ। ਜਿੱਦਣ ਤੁਸੀਂ ਇੱਕ ਅਨਾਊਂਸ ਵੀ ਕਰਤਾ ਨਾ, ਜਿੱਦਣ ਤੁਸੀਂ ਅਨਾਊਂਸਮੈਂਟ ਵੀ ਕਰਤੀ ਨਾ ਵੀ ਅਸੀਂ ਇੱਕ ਪਾਰਟੀ ਬਣਾਵਾਂਗੇ, ਇਹਦੀ ਇਹਨੂੰ ਨੀਂਦ ਨਹੀਂ ਆਉਣੀ। ਇਹਨੂੰ ਤਾਂ ਛੱਡੋ, ਇਹਦੀ ਓਪੋਜੀਸ਼ਨ ਨੂੰ ਵੀ ਨੀਂਦ ਨਹੀਂ ਆਉਣੀ।
ਓਪੋਜੀਸ਼ਨ ਨੂੰ ਵੀ ਛੱਡੋ, ਜਿਹੜੀਆਂ ਹੋਰ ਨੀਚੇ ਛੋਟੀਆਂ ਛੋਟੀਆਂ ਪਾਰਟੀਆਂ ਫਿਰਦੀਆਂ, ਝਾੜੂ ਮਹਿਕਮਾ ਤੇ ਹੋਰ ਮਹਿਕਮਾ, ਇਹ ਪਾਗਲ ਹੋ ਜਾਣਗੇ ਬਾਬਾ ਜੀ। ਲੇਕਿਨ ਇਹ ਕਰੋਗੇ ਤਾਂ ਤਾਂ ਨਾ ਜੇ ਕਿਸੇ ਦੀ ਜ਼ਮੀਰ ਜਾਗਦੀ ਹੋਏਗੀ। ਇਹ ਵੀ ਸਭ ਤੋਂ ਵੱਡਾ ਸਵਾਲ ਹੈ ਸੰਗਤ ਜੀ। ਮੇਰਾ ਪੇਜ ਹੀ ਇੰਦਰ ਮੋਹਾਲੀ ਜਾਗਦੀ ਜ਼ਮੀਰ ਦੇ ਨਾਂ 'ਤੇ ਹੈ। ਜੇ ਜ਼ਮੀਰ ਜਾਗਦੀ ਹੋਏਗੀ ਗੱਲਾਂ ਤਾਂ ਫਿਰ ਹੋਣਗੀਆਂ ਨਾ। ਇਹ ਕੰਮ ਸਿਰਫ ਤਾਂ ਹੋ ਸਕਦੇ ਨੇ ਵੀ ਜੇ ਸਾਨੂੰ ਪੰਜਾਬ ਦੇ ਨਾਲ ਪਿਆਰ ਹੋਵੇ। ਤੁਸੀਂ ਕਦੀ ਬਿਆਨ ਸੁਣ ਕੇ ਦੇਖਣਾ ਲੱਖੇ ਦਾ, ਮੇਰੀ ਰੂਹ ਖੁਸ਼ ਹੋ ਗਈ। ਉਹ ਕਹਿੰਦਾ ਮੈਂ ਬੋਲਣਾ ਨਹੀਂ ਚਾਹੁੰਦਾ, ਇਹ ਗੱਲਾਂ ਦਾ ਜਵਾਬ ਮੈਂ ਪੰਜਾਬ ਜਾ ਕੇ ਦਊਂਗਾ। ਵੈਰੀ ਗੁੱਡ ਯਾਰ ਬੋਸ, ਕਿਸੇ ਦੇ ਜੈਸੇ ਮਰਜ਼ੀ ਬਲੇਮ ਲੱਗਦੇ ਹੋਣ, ਪਿਛੋਕੜ ਸਾਰਿਆਂ ਦਾ ਉਮੀਦ ਹੀ ਹੈ। ਪਰ ਪੰਜਾਬ ਦੇ ਹਿੱਤ ਵਾਸਤੇ ਜਿਹੜੀ ਨੌਜਵਾਨੀ ਆਈ ਹੈ, ਜੋਸ਼ ਅਤੇ ਹੋਸ਼ ਇਹ ਇਕੱਠੇ ਕਰਕੇ ਫਿਰ ਤੁਸੀਂ ਕੁਛ ਕਰ ਸਕਦੇ ਹੋ। ਔਰ ਜੇ ਤੁਸੀਂ ਪੋਲੀਟੀਕਲ ਪਾਰਟੀ ਇੱਕ ਬਣਾ ਲਈ, ਭਾਰਤੀ ਕਿਸਾਨ ਯੂਨੀਅਨ ਦੇ ਵਿੱਚੋਂ ਇੱਕ ਪੋਲੀਟੀਕਲ ਪਾਰਟੀ ਜੇ ਤੁਸੀਂ ਤਿਆਰ ਕਰ ਲਈ ਨਾ, ਸਮਝ ਲੈਣਾ ਇਹ ਮੁਲਕ ਆਜ਼ਾਦ ਹੋ ਗਿਆ। ਇਸ ਮੁਲਕ ਨੂੰ ਆਜ਼ਾਦੀ ਮਿਲ ਗਈ। ਉਹ ਕਿਵੇਂ ਮਿਲ ਗਈ? ਕਿਉਂਕਿ ਵੀਰੇ ਇਸ ਮੁਲਕ ਨੂੰ ਚਲਾਉਣ ਵਾਲਾ ਕੌਣ? ਇਸ ਮੁਲਕ ਨੂੰ ਚਲਾਉਣ ਵਾਲਾ ਕੌਣ? ਕਿਸਾਨ। ਕਿਸਾਨ ਔਰ ਜਵਾਨ ਦੋਨੋਂ ਜਦੋਂ ਮਰਦੇ ਨੇ, ਆਤਮ ਹੱਤਿਆ ਕਰਦੇ ਨੇ, ਦੋਨਾਂ ਦੇ ਉੱਪਰ ਬਹੁਤ ਵੱਡੀ ਸਿਆਸਤ ਹੁੰਦੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। MP MLA ਇੱਥੋਂ ਤੱਕ ਕਿ ਦੇਸ਼ ਦਾ ਪ੍ਰਧਾਨ ਮੰਤਰੀ ਵੀ ਤੁਹਾਡੇ ਮਰਨ ਦੇ ਉੱਪਰ ਦੋਸਤੋ ਸਿਆਸਤ ਕਰ ਜਾਂਦਾ। ਅੱਜ ਉਸਨੇ ਜਿਹਨੂੰ ਵੀ ਤੁਸੀਂ ਜਿਹੜੇ ਵੀ ਰੂਪ 'ਚ ਮੰਨਦੇ ਹੋ, ਹੈਂਜੀ ਅਕਾਲ ਪੁਰਖ ਕਹਿੰਦੇ ਹੋ, ਜੋ ਵੀ ਕਹਿੰਦੇ ਹੋ, ਹੈਂਜੀ ਭੋਲੇਨਾਥ ਜੀ ਕਹਿੰਦੇ ਹੋ, ਜੋ ਵੀ ਤੁਹਾਡਾ ਇਸ਼ਟ ਹੈ, ਜਿਸ ਰੂਪ 'ਚ ਤੁਸੀਂ ਉਸ ਪਰਮਾਤਮਾ ਨੂੰ ਵੇਖਦੇ ਹੋ, ਤਾਂ ਉਸਦਾ ਸ਼ੁਕਰਗੁਜ਼ਾਰ ਕਰੋ। ਤੁਹਾਨੂੰ ਇੱਕ ਮੌਕਾ ਮਿਲਿਆ ਆਪਣੇ ਹੱਕ ਲੈਣ ਦਾ। ਹੁਣ ਇਕੱਲੀ ਬਿੱਲਾਂ ਦੀ ਗੱਲ ਨਾ ਕਰੋ, ਹੁਣ ਹੋ ਜਾਓ ਇਹਨਾਂ ਦੇ ਦੁਆਲੇ, ਇੱਕ ਨਵੀਂ ਪਾਰਟੀ ਤਿਆਰ ਕਰ ਲਓ ਸੰਗਤ ਜੀ। ਅਸੀਂ ਤਾਂ ਇੱਕ ਗੱਲ ਜਾਣਦੇ ਹਾਂ, ਜੇ ਸਾਨੂੰ ਕੁਛ ਦਿਮਾਗ 'ਚ ਇਹ ਪਰਮਾਤਮਾ ਹੀ ਕਰਾਉਂਦਾ, ਇਹ ਮੇਰੇ ਮੇਰੇ ਵਰਗੇ ਮੂਰਖ ਦੇ ਵੱਸ ਦੀ ਗੱਲ ਨਹੀਂ, ਇਹ ਪਰਮਾਤਮਾ ਕਰਾਉਂਦਾ ਅਸਲ ਦੇ ਵਿੱਚ। ਜੇ ਕੋਈ ਵਿਚਾਰ ਆਉਂਦਾ, ਕਿਉਂਕਿ ਮੈਂ ਜਿਸ ਹਿਸਾਬ ਨਾਲ ਸੰਘਰਸ਼ ਨੂੰ ਦੇਖ ਰਿਹਾ ਨਾ, ਤੁਸੀਂ ਦੇਖ ਕੇ ਦੇਖੋ, ਵਰਲਡ ਲੈਵਲ 'ਤੇ ਜੁੱਤੀਆਂ ਪੈ ਰਹੀਆਂ ਨੇ ਨਰਿੰਦਰ ਮੋਦੀ ਦੇ। ਟਵਿੱਟਰ ਦੇਖੋ, ਚਲਾ ਕੇ ਟਵਿੱਟਰ 'ਤੇ ਨਾ ਜਲੂਸ ਕੱਢਿਆ ਹੋਇਆ ਨਰਿੰਦਰ ਮੋਦੀ ਦਾ। ਤਾਂ ਮੇਰੇ ਪੰਜਾਬ ਦੇ ਜਿਹੜੇ ਕਿਸਾਨ ਆਗੂ ਨੇ ਜਾਂ ਦੂਸਰੇ ਜਿਹੜੇ ਲੱਖੇ ਹੋਰੀ ਨੇ, ਦੀਪ ਸਿੱਧੂ ਹੋਰੀ ਨੇ, ਬੈਠ ਕੇ ਮੇਰਾ ਵੀਰ ਵਿਚਾਰ ਕਰੋ। ਔਰ ਜਿਹੜੀ ਰਣਨੀਤੀ ਦੱਸ ਰਹੇ ਨੇ ਨਾ ਤੁਹਾਡੇ ਆਗੂ, ਡਿਸਿਪਲਿਨ ਰਣਨੀਤੀ, ਅੱਖਾਂ ਖੋਲ੍ਹ ਕੇ ਰੱਖਿਓ, ਹੁਣੇ ਦੰਗੇ ਕਰਵਾਉਣਗੇ ਵਿੱਚ। ਇਹ ਬੜੇ ਕੁੱਤੇ ਦੇ ਹੱਡ ਰਹੇ, ਜੇ ਮੈਂ ਤੁਹਾਨੂੰ ਪੰਜਾਬੀ 'ਚ ਦੱਸਾਂ, ਇਹ ਸੰਘਰਸ਼ ਨੂੰ ਖਤਮ ਖਰਾਬ ਕਰਨ ਲਈ ਇਹ ਬਹੁਤ ਕੁਛ ਕਰਵਾ ਸਕਦੇ ਆ। ਇਹ ਸਰਕਾਰਾਂ ਨੇ ਇਹ ਕਿਸੇ ਦੀਆਂ ਮਿੱਤ ਨਹੀਂ ਹੋਈਆਂ। ਤਾਂ ਕਿਸਾਨੋ, ਮੈਂ ਤੁਹਾਨੂੰ ਬੇਨਤੀ ਕਰਦਾ, ਨਵੇਂ ਮੁੰਡਿਆਂ ਨੂੰ ਨਾਲ ਲੈ ਕੇ ਇੱਕ ਪਾਰਟੀ ਤਿਆਰ ਕਰਕੇ ਸਦੀਆਂ ਸਦੀਆਂ ਤੱਕ ਇਤਿਹਾਸ ਰਹੂਗਾ। ਜੇ ਤੁਸੀਂ ਅੱਜ ਇੱਕ ਪਾਰਟੀ ਬਣਾਤੀ, ਪਰ ਉਹ ਬਣੇਗੀ ਤਾਂ ਜੇ ਜ਼ਮੀਰ ਹੋਏਗੀ ਜਾਗਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।